ਪਰ ਪੰਜਾਬ ਦੇ ਹੱਕਾਂ ਤੇ ਲਗਾਤਾਰ ਖੋਰਾ। ਪਹਿਲਾਂ ਸਿਟਕੋ ਦੇ ਵਿੱਚ ਮੈਂਬਰਸ਼ਿਪ ਖਤਮ ਕੀਤੀ ਗਈ, ਫਿਰ ਬੀਬੀਐਮਬੀ ਦੇ ਵਿੱਚ, ਤੇ ਅੱਜ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਹੈ, ਜਿਹੜੀ ਗਵਰਨਿੰਗ ਬਾਡੀ ਹੈ, ਜਿਹੜੀ ਸਾਰੇ ਅਹਿਮ ਮਸਲਿਆਂ ਜਿੱਥੇ ਡਿਸਾਈਡ ਹੁੰਦੇ ਨੇ, ਅਗਰ ਉਹਨੂੰ ਖਤਮ ਕੀਤਾ ਜਾ ਰਿਹਾ ਤਾਂ ਇਹ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਕਰਨ ਦੀ ਕੇਂਦਰ ਦੀ ਸਾਜ਼ਿਸ਼ ਹੈ। ਪਰ ਇਹ ਸਾਜ਼ਿਸ਼ ਦਾ, ਇਸ ਕੁਹਾੜੀ ਦਾ ਦਸਤਾ ਕੌਣ ਬਣਿਆ? ਸਾਡੀ ਆਪਦੀ ਪੰਜਾਬ ਸਰਕਾਰ, ਸਾਡੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦੀ ਸਹਿਮਤੀ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ। ਜਦੋਂ ਪਹਿਲਾਂ ਹਰਿਆਣੇ ਨੇ ਵੱਖਰੀ ਵਿਧਾਨ ਸਭਾ ਦੀ ਜ਼ਮੀਨ ਮੰਗੀ ਚੰਡੀਗੜ੍ਹ 'ਚ, ਸਾਡੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਵਿਧਾਨ ਸਭਾ ਪੰਜਾਬ ਦੀ ਹੈ, ਚੰਡੀਗੜ੍ਹ ਪੰਜਾਬ ਦਾ, ਹਾਈਕੋਰਟ ਪੰਜਾਬ ਦੀ ਹੈ, ਇਹਨਾਂ ਨੇ ਵੀ ਵੱਖਰੀ ਜ਼ਮੀਨ ਕੇਜਰੀਵਾਲ ਨੂੰ ਖੁਸ਼ ਕਰਨ ਦੇ ਲਈ ਮੰਗ ਲਈ। ਸੋ ਇਸ ਕਿਸਮ ਦੀ ਧੱਕੇਸ਼ਾਹੀ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਵਾਂਗੇ। ਅਤੇ ਇਹ ਜਿਹੜੇ ਇੱਥੋਂ ਪੜ੍ਹ ਕੇ ਗਏ ਬਾਈ ਜੀ, ਆਮ ਆਦਮੀ ਪਾਰਟੀ ਵਿੱਚ ਵੀ ਬੈਠੇ ਆ ਅਤੇ ਲਗਾਤਾਰ ਜਿਹੜੇ ਹੈਗੇ ਅਹੁਦਿਆਂ ਦੇ ਉੱਤੇ ਵੀ ਬਣੇ ਹੋਏ ਆ। ਐਜ਼ ਅ ਸਟੂਡੈਂਟ ਅਗਰ ਮਾਲਵਿੰਦਰ ਕੰਗ ਆਇਆ ਤਾਂ ਮੈਂ ਉਹਦਾ ਸਵਾਗਤ ਕਰਦਾ, ਪਰ ਦੂਜੇ ਪਾਸੇ ਉਹ ਜਵਾਬ ਦੇ ਕੇ ਜਾਵੇ ਕਿ ਤੁਹਾਡੀ ਸਰਕਾਰ ਤਾਂ ਇਹ ਸਾਰਾ ਕੁਝ ਕਰ ਰਹੀ ਹੈ, ਤੁਸੀਂ ਉਰੇ ਆ ਕੇ ਮਗਰਮੱਛ ਦੇ ਅਗਰ ਹੰਝੂ ਵਹਾ ਰਹੇ ਹੋ ਤੇ ਤੁਹਾਡੀ ਸਰਕਾਰ ਹੀ ਸੈਨੇਟ ਨੂੰ ਤੋੜ ਰਹੀ ਹੈ, ਤਾਂ ਜਾਂ ਤਾਂ ਫਿਰ ਉਸ ਪਾਰਟੀ 'ਚੋਂ ਅਸਤੀਫਾ ਦੇ ਕੇ ਪਾਸੇ ਹੋ ਕੇ ਖੜ ਕੇ ਇਸ ਐਜੀਟੇਸ਼ਨ 'ਚ ਆਓ। ਇਹਨਾਂ ਦੀਆਂ ਸਰਕਾਰਾਂ 'ਚ ਬੀਬੀਐਮਬੀ 'ਚ ਨੁਮਾਇੰਦਗੀ ਖਤਮ ਹੁੰਦੀ ਹੈ, ਇਹਨਾਂ ਦੀਆਂ ਸਰਕਾਰਾਂ 'ਚ ਸਿਟਕੋ 'ਚ ਨੁਮਾਇੰਦਗੀ ਖਤਮ ਹੁੰਦੀ ਹੈ, ਇਹਨਾਂ ਦੀਆਂ ਸਰਕਾਰਾਂ 'ਚ ਹਰਿਆਣਾ ਵੱਖਰੀ ਵਿਧਾਨ ਸਭਾ ਦੀ ਜ਼ਮੀਨ ਮੰਗਦਾ ਹੈ, ਬਰਾਬਰ ਮੰਗਦੇ ਨੇ, ਇਹਨਾਂ ਦੀਆਂ ਸਰਕਾਰਾਂ 'ਚ ਸੈਨੇਟ ਤੋੜੀ ਜਾ ਰਹੀ ਹੈ, ਤਾਂ ਫਿਰ ਇਹ 'ਚ ਪੁਰਾਣੀਆਂ ਸਰਕਾਰਾਂ ਦਾ ਕੀ ਹੈ ਜਿਹੜੀ ਅੱਜ ਮੌਜੂਦਾ ਧਿਰ ਬੈਠੀ ਹੈ, ਜਿਹੜੀ ਇਹਦੇ 'ਚ ਹਮ ਖਿਆਲ ਹੋ ਕੇ, ਹਮ ਮਸ਼ਵਰਾ ਹੋ ਕੇ ਬੀਜੇਪੀ ਨਾਲ ਕੰਮ ਕਰ ਰਹੀ ਹੈ, ਇਹ ਉਹ ਜਵਾਬ ਦੇ। ਪਰ ਉਹ ਤਾਂ ਕਹਿੰਦੇ ਵੀ ਬੀਜੇਪੀ ਨੇ ਸਾਨੂੰ ਬਹੁਤ ਦੁਖੀ ਕੀਤਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੂਹਰੇ ਹੋ ਕੇ ਕਬਜ਼ਾ ਕਰਵਾ ਰਹੇ। ਕੀ ਸਥਿਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ? ਹੈ ਤੁਸੀਂ ਕਿਉਂ ਚੋਣਾਂ ਵਿੱਚ ਅਪੀਅਰ ਇਸ ਵਾਰ ਕਿਉਂ ਨਹੀਂ ਹੋਏ? ਉਹ ਛੱਡੀਆਂ ਨੇ ਸਿਧਾਂਤਕ ਸਟੈਂਡ ਲੈ ਕੇ, ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਖੜ੍ਹੇ ਹਾਂ, ਔਰ ਇਹ 22 ਇਲੈਕਸ਼ਨਾਂ ਇਹ 4 ਸੀਟਾਂ 'ਤੇ ਹੋ ਰਹੀਆਂ, ਮੁੱਖ ਮੰਤਰੀ ਸਾਹਿਬ 117 ਹਲਕਿਆਂ 'ਚ ਨਹੀਂ ਹੋ ਰਹੀਆਂ। ਜਿਹੜੀ ਵਨ ਟਾਈਮ ਬਲੰਡਰ ਪਾਰਟੀ ਆਮ ਆਦਮੀ ਪਾਰਟੀ, ਇਹ ਤੁਹਾਨੂੰ 27 'ਚ ਇੱਕ MLA ਵੀ ਉਹ ਜਿੱਤ ਗਿਆ, ਤਾਂ ਤੁਸੀਂ ਮੈਨੂੰ ਆ ਕੇ ਪੁੱਛੋ ਬਾਈ ਜੀ ਆ ਜਿੱਤ ਗਿਆ ਨਾ? ਉਹ ਹੁੰਝਾ ਫਿਰ ਜਿੱਤਦਾ ਹੀ ਦਾਅਵਾ ਕਰਦੇ ਹੁਣ ਬੀਜੀ, ਅਤੇ ਅੱਗੇ ਦਾ ਵੀ ਉਹਨਾਂ ਦਾ ਹੀ। ਉਹ ਤਾਂ ਕਹਿੰਦੇ ਸੀ ਮੈਂ, ਮੇਰੀਆਂ ਉਹ 'ਚ ਵੀ 13 ਸੀਟਾਂ ਆ ਰਹੀਆਂ ਪਾਰਲੀਮੈਂਟ 'ਚ, ਕਿੰਨੀਆਂ ਰਹਿ ਗਈਆਂ? 3 ਰਹਿ ਗਈਆਂ, ਉਹ 3 ਵੀ ਤਾਂ ਰਹਿ ਗਈਆਂ ਕਿਉਂਕਿ ਕਾਂਗਰਸ ਨਾਲ ਗੰਢ ਧੁੱਪ ਕਰਕੇ ਲੜੀਆਂ ਸੀ, ਨਹੀਂ ਤਾਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਖੜ੍ਹੇ ਆ ਜਿੱਥੇ ਕਿ ਸਟੂਡੈਂਟਸ ਧਰਨੇ ਦੇ ਉੱਤੇ ਹੈ। ਮਸਲਾ ਕਿ ਸੈਨੇਟ ਦੀ ਚੋਣ ਜਿਹੜੀ ਹੈਗੀ ਆ ਉਹ ਨਹੀਂ ਕੀਤੀ ਜਾ ਰਹੀ, ਨਹੀਂ ਕਰਵਾਈ ਜਾ ਰਹੀ, ਉਸ ਮਸਲੇ ਨੂੰ ਲੈ ਕੇ ਜਿੱਥੇ ਸਟੂਡੈਂਟ ਬੈਠੇ ਉੱਤੇ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਇੱਕਜੁੱਟ ਹੋ ਕੇ ਸਟੂਡੈਂਟਸ ਦੇ ਹੱਕ ਦੇ ਵਿੱਚ ਆਈਆਂ। ਸੋ ਅਰਸ਼ਦੀਪ ਕਲੇਰ ਸਾਡੇ ਨਾਲ ਗੱਲਬਾਤ ਕਰਦੇ ਆ ਜੀ, ਬਾਜੀ ਕਿਵੇਂ ਦੇਖਦੇ ਹੋ ਅੱਜ ਸਟੂਡੈਂਟਸ ਧਰਨੇ ਦੇ ਉੱਤੇ ਬੈਠੇ ਆ ਅਤੇ ਸਾਰੀਆਂ ਪਾਰਟੀਆਂ ਸਟੂਡੈਂਟਸ ਦੇ ਹੱਕ ਦੇ ਖੜੀਆਂ? ਦੇਖੋ, ਇੱਕ ਸਾਜ਼ਿਸ਼ ਤਹਿਤ ਜਿਹੜਾ ਸਾਡਾ ਫੈਡਰਲ ਢਾਂਚਾ ਹੈ, ਇਹ ਉਹਨੂੰ ਖੋਰਾ ਲਾਇਆ ਜਾ ਰਿਹਾ, ਢਾਹ ਲਾਈ ਜਾ ਰਹੀ ਹੈ, ਔਰ ਸੈਂਟਰਲਾਈਜੇਸ਼ਨ ਆਫ ਪਾਵਰ ਦੀ ਜਿਹੜੀ ਇੱਕ ਨਵੀਂ ਦੌੜ ਦੇਸ਼ ਦੇ ਵਿੱਚ, ਦੌੜ ਕਹਿ ਲਾਂ ਮੈਂ, ਹੋੜ ਕਹਿ ਲਾਂ, ਇਹ ਜਿਹੜੀ ਚੱਲੀ ਹੈ, ਇਹ ਸਾਰੇ ਉਹਦੇ ਨਤੀਜੇ ਨੇ। ਔਰ ਪੰਜਾਬ ਦੇ ਹੱਕਾਂ 'ਤੇ ਲਗਾਤਾਰ ਖੋਰਾ, ਪਹਿਲਾਂ ਸਿਟਕੋ ਦੇ ਵਿੱਚ ਮੈਂਬਰਸ਼ਿਪ ਖਤਮ ਕੀਤੀ ਗਈ, ਫਿਰ ਬੀਬੀਐਮਬੀ ਦੇ ਵਿੱਚ, ਅਤੇ ਅੱਜ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਹੈ, ਜਿਹੜੀ ਗਵਰਨਿੰਗ ਬਾਡੀ ਹੈ, ਜਿਹੜੀ ਸਾਰੇ ਅਹਿਮ ਮਸਲਿਆਂ ਜਿੱਥੇ ਡਿਸਾਈਡ ਹੁੰਦੇ ਨੇ, ਅਗਰ ਉਹਨੂੰ ਖਤਮ ਕੀਤਾ ਜਾ ਰਿਹਾ ਤਾਂ ਇਹ ਪੰਜਾਬ ਯੂਨੀਵਰਸਿਟੀ 'ਤੇ ਕਬਜ਼ਾ ਕਰਨ ਦੀ ਕੇਂਦਰ ਦੀ ਸਾਜ਼ਿਸ਼ ਹੈ। ਪਰ ਇਹ ਸਾਜ਼ਿਸ਼ ਦਾ, ਇਸ ਕੁਹਾੜੀ ਦਾ ਦਸਤਾ ਕੌਣ ਬਣਿਆ? ਸਾਡੀ ਆਪਦੀ ਪੰਜਾਬ ਸਰਕਾਰ, ਸਾਡੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦੀ ਸਹਿਮਤੀ ਦੇ ਨਾਲ ਸਾਰਾ ਕੁਝ ਹੋ ਰਿਹਾ। ਪਰ ਮੈਂ ਅੱਜ ਦੋਹੇ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਤਰੀਕੇ ਦਾ ਧੱਕਾ ਪੰਜਾਬੀਆਂ ਨੇ ਕਦੇ ਬਰਦਾਸ਼ਤ ਨਹੀਂ ਕੀਤਾ। ਪਹਿਲਾਂ ਕਾਲੇ ਕਾਨੂੰਨ ਥੋਪਣ ਦੀ ਕੋਸ਼ਿਸ਼ ਕੀਤੀ, ਫਿਰ ਆਹ ਜਿਹੜੇ ਫੈਸਲੇ ਨੇ, ਕਿਉਂਕਿ ਇਹ ਇੰਟਰ ਸਟੇਟ ਬਾਡੀ ਹੈ, ਇਹ ਜਿਹੜਾ ਰੀਓਰਗੇਨਾਈਜੇਸ਼ਨ ਐਕਟ ਹੈ, ਚਾਹੇ ਪੰਜਾਬ ਯੂਨੀਵਰਸਿਟੀ ਹੋਵੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਮਸਲੇ ਜੁੜੇ ਹੋਏ ਨੇ। ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਗਿਆ, ਸੋ ਅੱਜ ਵੀ ਇਹ ਵਿਦਿਆਰਥੀਆਂ ਦੇ ਸੱਦੇ 'ਤੇ ਅਸੀਂ ਉਰੇ ਆਏ ਹਾਂ। ਜਿਸ ਵੀ ਕਿਸਮ ਦਾ ਐਜੀਟੇਸ਼ਨ, ਪ੍ਰੋਟੈਸਟ, ਜੋ ਵੀ ਅਗਲਾ ਪ੍ਰੋਗਰਾਮ ਹੈ ਵਿਦਿਆਰਥੀ ਜਥੇਬੰਦੀਆਂ ਦੇਣਗੀਆਂ, ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਭੁੰਦੜ ਸਾਹਿਬ, ਸਾਡੇ ਐਕਟਿੰਗ ਪ੍ਰਧਾਨ ਡਾਕਟਰ ਚੀਮਾ, ਮੈਂ, ਸਾਡੇ ਯੂਥ ਦੇ ਪ੍ਰਧਾਨ, ਸਾਡੇ SOI ਦਾ ਪ੍ਰਧਾਨ ਰਣਵੀਰ ਰਾਣਾ, ਲਗਾਤਾਰ ਉਹ ਪਿਛਲੇ 15 ਦਿਨ ਤੋਂ ਸਾਡੀ ਵਿਦਿਆਰਥੀ ਜਥੇਬੰਦੀ ਇਸ ਪ੍ਰੋਟੈਸਟ ਦੇ ਵਿੱਚ, ਜੋ ਵੀ ਪ੍ਰੋਗਰਾਮ ਦੇਵਾਂਗੇ ਅਸੀਂ ਉਹਨਾਂ ਦੇ ਨਾਲ ਡਟ ਕੇ ਖੜ੍ਹੇ ਹਾਂ। ਔਰ ਸਾਰੀਆਂ ਪਾਰਟੀਆਂ, ਦੇਖੋ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਨੇ, ਪਰ ਇਸ ਗੱਲ ਦੇ ਉੱਤੇ ਅੱਜ ਪੰਜਾਬ ਇਕੱਠਾ ਕਿ ਅਗਰ ਪੰਜਾਬ ਦੇ ਹੱਕਾਂ ਨੂੰ ਖੋਰਾ ਤੁਸੀਂ ਇਸ ਤਰੀਕੇ ਲਾਓਗੇ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਰ ਹੀ ਰਹੇ ਨੇ। ਜਦੋਂ ਪਹਿਲਾਂ ਹਰਿਆਣੇ ਨੇ ਵੱਖਰੀ ਵਿਧਾਨ ਸਭਾ ਦੀ ਜ਼ਮੀਨ ਮੰਗੀ ਚੰਡੀਗੜ੍ਹ 'ਚ, ਸਾਡੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਵਿਧਾਨ ਸਭਾ ਪੰਜਾਬ ਦੀ ਹੈ, ਚੰਡੀਗੜ੍ਹ ਪੰਜਾਬ ਦਾ, ਹਾਈਕੋਰਟ ਪੰਜਾਬ ਦੀ ਹੈ, ਇਹਨਾਂ ਨੇ ਵੀ ਵੱਖਰੀ ਜ਼ਮੀਨ ਕੇਜਰੀਵਾਲ ਨੂੰ ਖੁਸ਼ ਕਰਨ ਦੇ ਲਈ ਮੰਗ ਲਈ। ਸੋ ਇਸ ਕਿਸਮ ਦੀ ਧੱਕੇਸ਼ਾਹੀ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਵਾਂਗੇ। ਇਹ ਯੂਨੀਵਰਸਿਟੀ ਹੈ ਜਿਹੜੀ ਪੰਜਾਬ, ਇਹ ਸਾਡੇ ਐਜੂਕੇਸ਼ਨ ਸਿਸਟਮ ਦੀ ਕਲਗੀ ਹੈ, ਅਤੇ ਜੇ ਕਲਗੀ ਨੂੰ ਕੋਈ ਤੋੜੂਗਾ ਤਾਂ ਉਰੇ ਦਾ ਹੀ ਪ੍ਰੋਡਕਟ ਹੈ। ਜਿਹੜੇ ਅੱਜ ਵਿਧਾਨ ਸਭਾ 'ਚ ਬੈਠੇ ਨੇ, ਪਾਰਲੀਮੈਂਟ 'ਚ ਬੈਠੇ ਨੇ, ਉਹ ਬਹੁਤ ਸਾਰੇ ਲੋਕ ਨੇ ਜਿਹੜੇ ਉਰੋਂ ਪੜ੍ਹ ਕੇ ਗਏ ਨੇ, ਤਾਂ ਇਹ ਹੁਣ ਨਹੀਂ ਦਿਆ। ਇਹ ਜਿਹੜੇ ਇੱਥੋਂ ਪੜ੍ਹ ਕੇ ਗਏ ਬਾਈ ਜੀ, ਆਮ ਆਦਮੀ ਪਾਰਟੀ ਵਿੱਚ ਵੀ ਬੈਠੇ ਆ ਅਤੇ ਲਗਾਤਾਰ ਜਿਹੜੇ ਹੈਗੇ ਅਹੁਦਿਆਂ ਦੇ ਉੱਤੇ ਵੀ ਬਣੇ ਹੋਏ ਆ? ਦੇਖੋ, ਮੈਨੂੰ ਕਿਸੇ ਨੇ ਹੁਣੀ ਉਰੇ ਦੱਸਿਆ ਕਿ ਮਾਲਵਿੰਦਰ ਕੰਗ ਜਿਹੜੇ ਉਰੇ ਦੋ ਵਾਰੀ ਪ੍ਰਧਾਨ
ਤੁਹਾਡੀ ਸਰਕਾਰ ਤਾਂ ਸਾਰਾ ਕੁਝ ਕਰ ਰਹੀ ਹੈ, ਤੁਸੀਂ ਉਰੇ ਆ ਕੇ ਮਗਰਮੱਛ ਦੇ ਅਗਰ ਹੰਝੂ ਵਹਾ ਰਹੇ ਹੋ ਤੇ ਤੁਹਾਡੀ ਸਰਕਾਰ ਹੀ ਸੈਨੇਟ ਨੂੰ ਤੋੜ ਰਹੀ ਹੈ, ਤਾਂ ਜਾਂ ਤਾਂ ਫਿਰ ਉਸ ਪਾਰਟੀ ਚੋਂ ਅਸਤੀਫਾ ਦੇ ਕੇ ਪਾਸੇ ਹੋ ਕੇ ਖੜ ਕੇ ਇਸ ਐਜੀਟੇਸ਼ਨ 'ਚ ਆਓ। ਨਹੀਂ ਇਹ ਜਿਹੜਾ ਆਪਾਂ ਆਏ 5 ਮਿੰਟ ਕੇ ਆਪਣਾ ਮੂੰਹ ਦਿਖਾਇਆ, ਕਿਉਂਕਿ ਮੈਂ ਇਸ ਯੂਨੀਵਰਸਿਟੀ ਮੈਂ ਵਿਦਿਆਰਥੀ ਹਾਂ, ਇਹਦੇ ਨਾਲ ਜਿਹੜੇ ਵੱਡੇ ਫੈਸਲੇ ਸਰਕਾਰਾਂ ਲੈ ਰਹੀਆਂ ਨੇ, ਜਿਹੜੇ ਖੋਰੇ ਲੱਗ ਰਹੇ ਨੇ, ਉਹਨੂੰ ਰੋਕ ਕਿੱਦਾਂ ਲੱਗੂ? ਪਰ ਉਹ ਤਾਂ ਹਮੇਸ਼ਾ ਇਹੀ ਕਿਹਾ ਜਾਂਦਾ ਨਾ, ਜਦੋਂ ਵੀ ਕੋਈ ਮਸਲਾ ਹੁੰਦਾ ਉਹ ਕਹਿੰਦੇ ਪੁਰਾਣੀ ਸਰਕਾਰਾਂ ਦੇ ਵਿੱਚੇ ਹੋਏ ਆ ਕੰਡੇ, ਸਾਨੂੰ ਚੁਗਣੇ ਪੈ ਰਹੇ, ਅਸੀਂ ਤਾਂ ਪੰਜਾਬ ਦੇ ਪ੍ਰਤੀ ਸੁਹਿਰਦ ਆ ਤੇ ਪੂਰਾ ਯਤਨ ਕਰ ਰਹੇ ਹਾਂ। ਪੁਰਾਣੀਆਂ ਸਰਕਾਰਾਂ 'ਚ ਤਾਂ ਕਦੇ ਸੈਨੇਟ ਦੀ ਚੋਣ ਨਹੀਂ ਰੁਕੀ, ਇਹ ਚੋਣ ਅਗਸਤ 'ਚ ਮੁਕੰਮਲ ਹੋ ਜਾਂਦੀ ਹੈ, ਇਹ ਅਕਤੂਬਰ ਤੱਕ 31 ਅਕਤੂਬਰ ਤੱਕ ਤਾਂ ਟਰਮ ਹੁੰਦੀ ਹੈ, ਇਹ ਚੋਣ ਤਾਂ ਅਗਸਤ 'ਚ ਮੁਕੰਮਲ ਹੋ ਜਾਂਦੀ ਹੈ। ਕਿਸੇ ਸਰਕਾਰ ਨੇ ਤਾਂ ਸੈਨੇਟ ਦੀ ਚੋਣ ਨਹੀਂ ਰੋਕੀ। ਇਹਨਾਂ ਦੀਆਂ ਸਰਕਾਰਾਂ 'ਚ ਬੀਬੀਐਮਬੀ 'ਚ ਨੁਮਾਇੰਦਗੀ ਖਤਮ ਹੁੰਦੀ ਹੈ, ਇਹਨਾਂ ਦੀਆਂ ਸਰਕਾਰਾਂ 'ਚ ਸਿਟਕੋ 'ਚ ਨੁਮਾਇੰਦਗੀ ਖਤਮ ਹੁੰਦੀ ਹੈ, ਇਹਨਾਂ ਦੀਆਂ ਸਰਕਾਰਾਂ 'ਚ ਹਰਿਆਣਾ ਵੱਖਰੀ ਵਿਧਾਨ ਸਭਾ ਦੀ ਜ਼ਮੀਨ ਮੰਗਦਾ ਹੈ, ਬਰਾਬਰ ਮੰਗਦੇ ਨੇ, ਇਹਨਾਂ ਦੀਆਂ ਸਰਕਾਰਾਂ 'ਚ ਸੈਨੇਟ ਤੋੜੀ ਜਾ ਰਹੀ ਹੈ, ਤਾਂ ਫਿਰ ਇਹ 'ਚ ਪੁਰਾਣੀਆਂ ਸਰਕਾਰਾਂ ਦਾ ਕੀ ਹੈ ਜਿਹੜੇ ਅੱਜ ਮੌਜੂਦਾ ਧਿਰ ਬੈਠੀ ਹੈ, ਜਿਹੜੀ ਇਹਦੇ 'ਚ ਹਮ ਖਿਆਲ ਹੋ ਕੇ ਹਮ ਮਸ਼ਵਰਾ ਹੋ ਕੇ ਬੀਜੇਪੀ ਨਾਲ ਕੰਮ ਕਰ ਰਹੀ ਹੈ, ਇਹ ਉਹ ਜਵਾਬ ਦੇ। ਪਰ ਉਹ ਤਾਂ ਕਹਿੰਦੇ ਵੀ ਬੀਜੇਪੀ ਨੇ ਸਾਨੂੰ ਬਹੁਤ ਦੁਖੀ ਕੀਤਾ ਹੋਇਆ, ਬੀਜੇਪੀ ਸਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਤੁਸੀਂ ਕਹਿੰਦੇ ਹੋ ਹਮ ਖਿਆਲ ਹੋ ਕੇ ਚੱਲ ਰਹੇ। ਅੱਜ ਜਿਹੜੀ ਆਲ ਪਾਰਟੀ ਮੀਟਿੰਗ ਹੈ, ਸਾਰੀਆਂ ਪਾਰਟੀਆਂ ਨੂੰ ਖੁੱਲ੍ਹਾ ਸੱਦਾ ਸੀ, ਇਹ ਕਿਸੇ ਇੱਕ ਪਾਰਟੀ ਨੂੰ ਨਹੀਂ ਸੀ, ਇਹ ਸਾਰੀਆਂ ਪਾਰਟੀਆਂ ਨੂੰ ਖੁੱਲ੍ਹਾ ਸੱਦਾ ਸੀ। ਫਿਰ ਅੱਜ ਉਰੇ ਦੋ ਹੀ ਪਾਰਟੀਆਂ ਜਿਹੜੀਆਂ ਹਮ ਮਸ਼ਵਰਾ ਨੇ, ਉਹੀ ਉਰੇ ਨਹੀਂ ਹੈਗੀਆਂ, ਬੀਜੇਪੀ ਅਤੇ ਆਮ ਆਦਮੀ ਪਾਰਟੀ, ਬਾਕੀ ਤਾਂ ਸਾਰੇ ਖੜੇ ਨੇ ਉਰੇ। ਜਿਨ੍ਹਾਂ ਨੂੰ ਦਰਦ ਹੈ, ਜਿਹੜੇ ਇਸ ਇੰਸਟੀਟਿਊਸ਼ਨ ਨੂੰ ਬਚਾਉਣਾ ਚਾਹੁੰਦੇ ਨੇ, ਉਹ ਤਾਂ ਖੜੇ ਨੇ, ਜਿਨ੍ਹਾਂ ਨੇ ਸਾਜ਼ਿਸ਼ ਕੀਤੀ ਅੱਜ ਉਰੇ ਹੈ। ਵਜ੍ਹਾ ਕੀ ਹੈ ਜੀ, ਕੀ ਉਹਨਾਂ ਨੂੰ ਫਾਇਦਾ ਕੀ ਹੋਊਗਾ ਸਰਕਾਰ? ਦੇਖੋ ਇਹ ਜਿੱਦਾਂ ਮੈਂ ਕਿਹਾ ਕਿ ਇਹ ਜਿਹੜਾ ਕੇਂਦਰੀਕਰਨ ਹੈ ਨਾ, ਸੈਂਟਰਲਾਈਜੇਸ਼ਨ ਆਫ ਪਾਵਰ ਜਿਹੜੀ ਕੇਂਦਰ ਕਰਨੀ ਚਾਹ ਰਿਹਾ, ਅਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤਾਂ ਉਸ ਕੁਹਾੜੀ ਦਾ ਦਸਤਾ ਬਣੇ ਨੇ, ਉਹ ਤਾਂ ਜੋ ਕੇਂਦਰ ਕਹਿੰਦਾ ਮੁੱਖ ਮੰਤਰੀ ਸਾਹਿਬ ਉਹ ਕਰਦੇ ਨੇ, ਸਾਰਾ ਕੁਝ ਕੇਂਦਰ ਦੇ ਇਸ਼ਾਰੇ 'ਤੇ ਹੋ ਰਿਹਾ। ਪਰ ਹਾਂ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੂਹਰੇ ਹੋ ਕੇ ਕਬਜ਼ਾ ਕਰਵਾ ਰਹੇ ਨੇ। ਅਤੇ ਹੁਣ ਤੁਸੀਂ ਕੀ ਸਟੈਪ ਜਿਹੜਾ ਰਹੂਗਾ ਨਾਲ ਅੱਗੇ, ਸਟੂਡੈਂਟਸ ਦੇ ਨਾਲ ਰਹੋਗੇ? ਦੇਖੋ ਇਹ ਅੱਜ ਜੋ ਵੀ ਵਿਦਿਆਰਥੀ ਅਗਲੀ ਰੂਪਰੇਖਾ ਦੇਣਗੇ, ਕੋਈ ਵੀ ਇਹ ਪ੍ਰੋਟੈਸਟ ਪਲਾਨ ਕਰਨਗੇ, ਸੰਘਰਸ਼ ਪਲਾਨ ਕਰਨਗੇ, ਸਾਰੀਆਂ ਪਾਰਟੀਆਂ ਨੇ ਅੱਜ ਫੈਸਲਾ ਕੀਤਾ ਕਿ ਅਸੀਂ ਆਪਣੇ ਨੁਮਾਇੰਦੇ ਸ਼ਾਮ ਤੱਕ ਇਹਨਾਂ ਨੂੰ ਦੇ ਦੇਵਾਂਗੇ, ਜਿਹੜੇ ਕਿ ਤਾਲਮੇਲ ਬਣਾਉਣਗੇ ਪਾਰਟੀਆਂ ਦੇ ਵਿੱਚ, ਚਾਹੇ ਫਿਰ ਉਹ ਉਪ ਰਾਸ਼ਟਰਪਤੀ ਨੂੰ ਮਿਲਣਾ ਹੋਵੇ, ਚਾਹੇ ਗਵਰਨਰ ਨੂੰ ਮਿਲਣਾ ਹੋਵੇ। ਸੋ ਸਾਰੀਆਂ ਪਾਰਟੀਆਂ ਇਹਨਾਂ ਨੂੰ ਆਪਣੇ ਨੁਮਾਇੰਦੇ ਦੇ ਦੇਣਗੀਆਂ ਸ਼ਾਮ ਤੱਕ, ਅਤੇ ਜੋ ਵੀ ਅਗਲੀ ਰੂਪਰੇਖਾ ਉਹ ਵਿਦਿਆਰਥੀ ਦੇਣਗੇ, ਇਹ ਲੜਾਈ ਲੜਨਗੇ, ਪਾਰਟੀਆਂ ਉਸ ਸੰਘਰਸ਼ ਦੇ ਵਿੱਚ ਆਪਣਾ ਪੂਰਾ ਯੋਗਦਾਨ ਦੇਣਗੇ। ਸ਼੍ਰੋਮਣੀ ਅਕਾਲੀ ਦਲ ਬਾਰੇ ਜਦੋਂ ਮੁੱਖ ਮੰਤਰੀ ਸਾਹਿਬ ਕਦੇ ਵੀ ਗੱਲ ਕਰਦੇ ਆ ਤਾਂ ਬੜੀ ਹਾਸੇ ਵਿੱਚ ਪਾ ਕੇ ਗੱਲ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਹੇਠਲੇ ਪੱਧਰ ਦੇ ਉੱਤੇ ਆ ਚੁੱਕਿਆ, ਚੋਣਾਂ ਵਿੱਚ ਵੀ ਅਪੀਅਰ ਨਹੀਂ ਹੋਇਆ, ਕੀ ਸਥਿਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ? ਤੁਸੀਂ ਕਿਉਂ ਚੋਣਾਂ ਵਿੱਚ ਅਪੀਅਰ ਇਸ ਵਾਰ ਕਿਉਂ ਨਹੀਂ ਹੋਏ? 104 ਸਾਲ ਦਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦਾ, ਉਹਦੇ 'ਚੋਂ ਸਰਕਾਰ 18 ਸਾਲ ਰਹੀ ਹੈ, ਬਾਕੀ ਸਮਾਂ ਪੰਥਕ ਅਤੇ ਪੰਜਾਬ ਦੇ ਮੁੱਦਿਆਂ 'ਤੇ ਸੰਘਰਸ਼ ਹੀ ਕੀਤਾ। ਚੋਣਾਂ ਛੱਡੀਆਂ ਵੀ ਨੇ, ਉਹ ਛੱਡੀਆਂ ਨੇ ਸਿਧਾਂਤਕ ਸਟੈਂਡ ਲੈ ਕੇ, 92 ਦੇ ਵਿੱਚ ਛੱਡੀਆਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ 26 ਉਮੀਦਵਾਰਾਂ ਦਾ ਕਤਲ ਕਰਤਾ ਸੀਗਾ। ਉਸ ਤੋਂ ਬਾਅਦ ਚੋਣਾਂ ਤੋਂ ਇੱਕ ਰਾਤ ਪਹਿਲਾਂ ਚੋਣਾਂ ਕੈਂਸਲ ਕਰਤੀਆਂ ਸੀ, ਪ੍ਰੋਟੈਸਟ ਜਾ ਕੇ ਚੋਣਾਂ ਛੱਡੀਆਂ। 97 'ਚ ਪੰਜਾਬ ਦੇ ਲੋਕਾਂ ਨੇ ਉਹ ਪਿਆਰ ਦਿੱਤਾ, ਉਰੇ 96 ਸੀਟਾਂ ਨਾਲ ਸਰਕਾਰ ਬਣੀ, ਫਿਰ 2007 ਤੋਂ 2017 ਸਰਕਾਰ ਰਹੀ। ਅੱਜ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਤੁਸੀਂ ਚੋਣ ਨਹੀਂ ਲੜ ਸਕਦੇ, ਤੁਸੀਂ ਪ੍ਰਚਾਰ 'ਤੇ ਨਹੀਂ ਜਾ ਸਕਦੇ, ਪ੍ਰਧਾਨ ਸਾਹਿਬ ਨੇ ਜੋ ਵੀ ਕੋਈ ਸਪਸ਼ਟੀਕਰਨ ਦਿੱਤਾ ਉਹ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਦਿੱਤਾ, ਇੰਡੀਵਿਜੁਅਲ ਕਪੈਸਿਟੀ 'ਚ ਨਹੀਂ ਦਿੱਤਾ। ਫਿਰ ਸਾਰੀ ਪਾਰਟੀ ਨੇ ਉਸ ਆਦੇਸ਼ ਨੂੰ ਮੰਨਿਆ ਕਿ ਅਗਰ ਪ੍ਰਧਾਨ ਦੇ ਉੱਤੇ ਆਦੇਸ਼ ਹੈ ਤਾਂ ਸਾਡੇ ਉੱਤੇ ਦੇਸ਼ ਅਸੀਂ ਮੰਨਦੇ ਹਾਂ, ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਖੜ੍ਹੇ ਹਾਂ। ਔਰ ਇਹ 22 ਇਲੈਕਸ਼ਨਾਂ ਇਹ 4 ਸੀਟਾਂ 'ਤੇ ਹੋ ਰਹੀਆਂ, ਮੁੱਖ ਮੰਤਰੀ ਸਾਹਿਬ 117 ਹਲਕਿਆਂ 'ਚ ਨਹੀਂ ਹੋ ਰਹੀਆਂ। ਇਹ 2027 ਦੀਆਂ ਚੋਣਾਂ ਆਉਣਗੀਆਂ, ਤੁਹਾਨੂੰ ਲੋਕ ਦੱਸਣਗੇ ਕਿ ਕਿਹੜੀਆਂ ਪਾਰਟੀਆਂ ਉਰੇ ਰੈਲੀਵੈਂਟ ਹੈ। ਜਿਹੜੀ 1 ਟਾਈਮ ਬਲੰਡਰ ਪਾਰਟੀ ਆਮ ਆਦਮੀ ਪਾਰਟੀ, ਇਹ ਤੁਹਾਨੂੰ 27 'ਚ ਇੱਕ MLA ਵੀ ਉਰੇ ਜਿੱਤ ਗਿਆ, ਤਾਂ ਤੁਸੀਂ ਮੈਨੂੰ ਆ ਕੇ ਪੁੱਛੋ ਬਾਈ ਜੀ ਆ ਜਿੱਤ ਗਿਆ ਨਾ? ਉਹ ਹੁੰਝਾ ਫਿਰ ਜਿੱਤਦਾ ਹੀ ਦਾਅਵਾ ਕਰਦੇ ਆ ਹੁਣ ਬੀਜੀ, ਅਤੇ ਅੱਗੇ ਦਾ ਵੀ ਉਹਨਾਂ ਦਾ ਹੀ। ਉਹ ਤਾਂ ਕਹਿੰਦੇ ਸੀ ਮੈਂ ਮੇਰੀਆਂ ਉਹ 'ਚ ਵੀ 13 ਸੀਟਾਂ ਆ ਰਹੀਆਂ ਪਾਰਲੀਮੈਂਟ 'ਚ, ਕਿੰਨੀਆਂ ਰਹਿ ਗਈਆਂ? 3 ਰਹਿ ਗਈਆਂ। ਉਹ 3 ਵੀ ਤਾਂ ਰਹਿ ਗਈਆਂ ਕਿਉਂਕਿ ਕਾਂਗਰਸ ਨਾਲ ਗੰਢ ਤੁਪ ਕਰਕੇ ਲੜੀਆਂ ਸੀ, ਨਹੀਂ ਤਾਂ 3 ਵੀ ਨਹੀਂ ਰਹਿਣੀਆਂ ਸੀ ਮੁੱਖ ਮੰਤਰੀ ਸਾਹਿਬ, ਕਿਉਂਕਿ ਇੰਡੀਆ ਬਲੌਕ ਦਾ ਤੁਸੀਂ ਹਿੱਸਾ ਸੀ, ਉਹਦੇ ਕਰਕੇ ਇਹ ਸਾਰਾ ਕੁਝ ਹੋਇਆ। ਸੋ ਤੁਹਾਨੂੰ ਅੱਗੇ 1 ਸੀਟ ਵੀ 27 'ਚ ਨਹੀਂ ਲੱਭੂ। ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ, ਸੈਨੇਟ ਦੀਆਂ ਚੋਣਾਂ ਰੋਕੀਆਂ ਜਾਣ ਦੇ ਚੱਲਦਿਆਂ ਹੋਇਆ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ, ਸਾਰੀਆਂ ਪਾਰਟੀਆਂ ਰਲ ਕੇ ਇਸ ਸਮੇਂ ਸਟੂਡੈਂਟਸ ਦੇ ਨਾਲ ਖੜੀਆਂ। ਸੋ ਜਿੱਥੇ ਅਕਾਲੀ ਦਲ ਨਾਲ ਖੜਿਆ, ਉਸ ਦੇ ਨਾਲ ਹੀ ਕਾਂਗਰਸ ਦੇ ਵੀ ਬਹੁਤ ਸਾਰੇ ਆਗੂ ਜਿਹੜੇ ਹੈਗੇ ਇੱਥੇ ਆਏ ਆ। ਪਰ ਮੁੱਦਾ ਇਹ ਆ ਕਿ ਸੈਨੇਟ ਦੀਆਂ ਚੋਣਾਂ ਕਰਵਾਉਣਾ ਨਾ ਕਰਵਾਉਣਾ ਕੇਂਦਰ ਦੀ ਇੱਕ ਨੀਤੀ ਹੈ, ਜਿਹੜੀ ਕਿ ਪੰਜਾਬ ਸਰਕਾਰ ਨਾਲ ਮਿਲ ਕੇ ਹੀ ਉਸ ਨੀਤੀ ਨੂੰ ਲਾਗੂ ਕਰਵਾ ਰਹੀ ਹੈ। ਪਰ ਹੁਣ ਦੇਖਣਾ ਹੋਵੇਗਾ ਕਿ ਵਿਦਿਆਰਥੀ ਜੋ ਐਜੀਟੇਸ਼ਨ ਦੇ ਉੱਤੇ ਬੈਠੇ ਆ, ਉਹਨਾਂ ਦੀਆਂ ਮੰਗਾਂ ਕੀ ਪੂਰੀਆਂ ਹੋਣਗੀਆਂ, ਜਾਂ ਹੁੰਦੀਆਂ ਤਾਂ ਕਦੋਂ ਹੁੰਦੀਆਂ, ਇਸ ਦੇ ਉੱਤੇ ਨਿਗਾਹ ਬਣੀਆਂ ਰਹਿਣਗੀਆਂ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।